प्यारे बच्चों आज अपन करन जा रहे हां नयास अभ्यास 28 جماعت 5वीं विषय पंजाबी आओ देखदे हां आज दी पंजाबी दी अभ्यास शीट आज दी अभ्यास शीट ਦੇ ਵਿੱਚ ਸਾਨੂੰ ਇੱਕ ਪੈਰਾ ਦਿੱਤਾ ਗਿਆ ਹੈ ਜਿਸ ਨੂੰ ਪੜਨ ਤੋਂ ਬਾਅਦ ਅਤੇ ਸਮਝਣ ਤੋਂ ਬਾਅਦ ਅਸੀਂ ਦਿੱਤੇ ਗਏ ਪ੍ਰਸ਼ਨਾਂ ਦੇ ਸਹੀ ਉੱਤਰ ਦੀ ਚੋਣ ਕਰਾਂਗੇ आओ ਸਭ ਨੂੰ ਪਹਿਲਾਂ ਪੜ੍ਹਦੇ ਹਾਂ ਅੱਜ ਦਾ ਪੈਰਾ ਬੁੱड्ढे ਖਰਗੋਸ਼ ਨੂੰ ਡੱਬੇ ਖਰਗੋਸ਼ ਤੇ ਸਤਰੰਗੀ ਤਿਤਲੀ ਵਿਚਕਾਰ ਹੋਈ ਗੱਲਬਾਤ ਦਾ ਕੁਝ ਪਤਾ ਨਹੀਂ ਸੀ ਉਸਨੇ ਆਖਿਆ ਸਤਰੰਗੀ ਤਿਤਲਿਏ ਤੈਨੂੰ ਇਹ ਕਹਿਣ ਦੀ ਕੀ ਲੋੜ ਪੈ ਗਈ ਅਸੀਂ ਤਾਂ ਸਭ ਦੇ ਦੋਸਤ ਹਾਂ ਫੁੱਲਾਂ ਦੇ ਵੀ ਤਿਤਲੀਆਂ ਦੇ ਵੀ ਜੇ ਤਿਤਲੀਆਂ ਫੁੱਲਾਂ ਦਾ ਧੂੜਾ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਨਾ ਲੈ ਕੇ ਜਾਣ ਤਾਂ ਫੁੱਲਾਂ ਦੇ ਵਿੱਚ ਕਿਵੇਂ ਬਨਣ ਫੁੱਲ ਕਿਵੇਂ ਖੇੜਣ ਜੰਗਲ ਟਾਪੂ ਸੋਨੇ ਕਿਵੇਂ ਲੱਗਣ ਤੂੰ ਇੱਥੇ ਹੀ ਰਹਿ ਅਸਲ ਵਿੱਚ ਇਹ ਤੇਰੀ ਹੀ ਥਾਂ ਹੈ ਡੱਬਾ ਖਰਗੋਸ਼ ਸ਼ਰਮਸਾਰ ਹੋਇਆ ਬੈਠਾ ਸੀ ਬੱਚਿਓ ਇਹ ਸੀ ਅੱਜ ਦਾ ਪੈਰਾ ਆਓ ਦੇਖਦੇ ਹਾਂ ਅੱਜ ਦੇ ਪ੍ਰਸ਼ਨ ਪ੍ਰਸ਼ਨ ਨੰਬਰ 1 ਇਹ ਪੈਰਾ ਕਿਸ ਪਾਠ ਵਿੱਚੋਂ ਲਿਆ ਗਿਆ ਹੈ ਆਪਸ਼ਨ ਹਨ 12 ਮਾਂ ਗਤਕਾ ਸਤਰੰਗੀ तितਲੀ ਮੇਰਾ ਹਿੰਦੁਸਤਾਨ ਬਿਲਕੁਲ ਸਹੀ ਬੱਚਿਓ ਇਹ ਜਿਹੜਾ ਪੈਰਾ ਆ ਪਾਠ ਸਤਰੰਗੀ तितਲੀ ਵਿੱਚੋਂ ਲਿਆ ਗਿਆ ਹੈ ਸੋ ਸਾਡਾ ਸਹੀ ਆਨਸਰ ਹੋਏਗਾ ਈਡੀ ਈਡੀ ਨੂੰ ਅਸੀਂ ਕਰ ਦੇਣਾ ਆ ਸਰਕਲ ਪ੍ਰਸ਼ਨ 2 तितਲੀਆਂ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਕੀ ਲੈ ਕੇ ਜਾਂਦੀਆਂ ਹਨ ਆਪਸ਼ਨ ਹਨ ਫੁੱਲਾਂ ਦੇ ਬੀਜ ਫੁੱਲਾਂ ਦਾ ਧੂੜਾ ਫੁੱਲਾਂ ਦੀਆਂ ਪੱਤੀਆਂ ਇਹਨਾਂ ਵਿੱਚੋਂ ਕੋਈ ਨਹੀਂ ਪੱਛਿਓ ਅਸੀਂ ਪਹਿਰੇ ਵਿੱਚ ਪੜਿਆ ਸੀ तितਲੀਆਂ ਫੁੱਲਾਂ ਦਾ ਧੂੜਾ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਲੈ ਕੇ ਜਾਂਦੀਆਂ ਹਨ ਸੋ ਸਾਡਾ ਸਹੀ ਆਨਸਰ ਹੋਏਗਾ ਐੜਾ ਫੁੱਲਾਂ ਦਾ ਤੂੜਾ ਐਡੇ ਨੂੰ ਅਸੀਂ ਸਰਕਲ ਕਰ ਦੋ। ਪ੍ਰਸ਼ਨ ਨੰਬਰ 3 ਹੇਠਾਂ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਨਾਮ ਹੈ? ਬੱਚਿਓ ਮੈਂ ਪਹਿਲਾਂ ਵੀ ਦੱਸਿਆ ਸੀ ਨਾਮ ਸ਼ਬਦ। ਨਾਮ ਸ਼ਬਦ ਉਹ ਸ਼ਬਦ ਜਿਹੜਾ ਕਿਸੇ ਵਸਤੂ, ਸਥਾਨ ਜਾਂ ਵਿਅਕਤੀ ਦੇ ਲਈ ਵਰਤਿਆ ਜਾਂਦਾ ਹੈ ਉਸ ਨੂੰ ਨਾਮ ਸ਼ਬਦ ਕਹਿੰਦੇ ਹਨ। ਆਪ ਦੇਖਦੇ ਹਾਂ ਆਪਸ਼ਨਸ ਅਸੀਂ ਤਿਤਲੀ ਤੇਰੀ ਇਥੇ ਬੱਚੋ ਸਹੀ ਜਿਹੜਾ ਸਾਡਾ ਆਨਸਰ ਹੋਏਗਾ ਐੜਾ ਤਿਤਲੀ ਸੋ ਅਸੀਂ ਐੜਾ ਨੂੰ ਸਰਕਲ ਕਰ ਦਿੰਦੇ ਹਾਂ ਪ੍ਰਸ਼ਨ ਨੰਬਰ 4 ਹੇਠ ਲਿਖੇ ਵਿਚਲੇ ਟੁਕਮੇ ਸ਼ਬਦਾਂ ਦੇ ਬਚਨ ਬਦਲ ਕੇ ਸਹੀ ਵਿਕਲਪ ਕਿਹੜਾ ਹੋਵੇਗਾ ਬੱਚੋ ਇੱਕ ਸ਼ਬਦ ਤੋਂ ਆਪਾਂ ਬਹੁਵਚਨ ਬਣਾਉਣਾ ਹੈ ਪਰ ਸਾਨੂੰ ਇੱਕ ਵਾਕ ਦਿੱਤਾ ਗਿਆ ਹੈ ਆਓ ਦੇਖਦੇ ਹਾਂ ਮੈਂ ਤਾਂ ਸਭ ਦਾ ਦੋਸਤ ਹਾਂ ਆਪਸ਼ਨ ਹਨ A ਤਾਂ ਸਭ ਦਾ ਦੋਸਤ ਹੈ O ਤਾਂ ਸਭ ਦੇ ਦੋਸਤ ਹਨ ਅਸੀਂ ਤਾਂ ਸਭ ਦੇ ਦੋਸਤ ਹਾਂ ਇਹਨਾਂ ਵਿੱਚੋਂ ਕੋਈ ਨਹੀਂ ਬੱਚਿਓ ਸਹੀ ਆਨਸਰ ਆ ED ਅਸੀਂ ਤਾਂ ਸਭ ਦੇ ਦੋਸਤ ਹਾਂ ਸੋ ਅਸੀਂ ED ਨੂੰ ਕੀ ਕਰਨਾ ਸਰਕਲ ਲਓ ਜੀ ਆਪਾਂ ED ਨੂੰ ਸਰਕਲ ਕਰ ਦਿੱਤਾ ਪ੍ਰਸ਼ਨ ਨੰਬਰ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਆਪਸ਼ਨ ਹਨ ਡੱਬਾ ਖਰਗੋਸ਼ ਮਾਂ ਨਾਲ ਬੈਠਾ ਸੀ। ਡੱਬਾ ਖਰਗੋਸ਼ ਸ਼ਰਮਸਾਰ ਹੋਇਆ ਬੈਠਾ ਸੀ। ਡੱਬਾ ਖਰਗੋਸ਼ ਨਮੂਨਜਨਾ ਹੋਇਆ ਬੈਠਾ ਸੀ। ਡੱਬਾ ਖਰਗੋਸ਼ ਉਦਾਸ ਹੋਇਆ ਬੈਠਾ ਸੀ। ਬੱਚਿਓ ਸਹੀ ਆਪਸ਼ਨ ਆ ਐਡਾ ਡੱਬਾ ਖਰਗੋਸ਼ ਸ਼ਰਮਸਾਰ ਹੋਇਆ ਬੈਠਾ ਸੀ। ਸੋ ਅਸੀਂ ਐਡਾ ਨੂੰ ਸਰਕਲ ਕਰ ਦਾਂਗੇ। ਬੱਚਿਓ ਇਹ ਸੀ ਤੁਹਾਡੀ ਅੱਜ ਦੀ ਪੰਜਾਬੀ ਵਿਸ਼ੇ ਦੀ ਅਭਿਆਸ ਸ਼ੀਟ ਆਸ ਕਰਦਾ ਹਾਂ ਕਿ ਤੁਸੀਂ ਇਸ ਨੂੰ ਰਿਵਾਈਜ਼ ਕਰੋਗੇ ਤੇ ਇਸ ਵਿੱਚੋਂ ਕੁਝ ਨਾ ਕੁਝ ਜ਼ਰੂਰ ਸਿੱਖੋਗੇ ਥੈਂਕ ਯੂ ਬੇਟਾ